ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਜਗਦੇਵ ਤਲਵੰਡੀ। ਧੰਨਵਾਦ ਤੁਹਾਡਾ ਇੱਕ ਵਾਰੀ ਫਿਰ ਤੋਂ ਆਪਣੇ ਚੈਨਲ 'ਤੇ ਵਾਪਸ ਆਉਣ ਲਈ। ਲੈ ਵੀ ਅੱਜ ਆਪਾਂ ਲੱਖੇ ਬਾਈ ਦੇ ਮਾਰਨਾ ਛਾਪਾ। ਬਹੁਤ ਦਿਨ ਹੋ ਗਏ ਆ ਬਾਈ ਨਾਲ ਮੁਲਾਕਾਤ ਵੀ ਨਹੀਂ ਹੋਈ, ਅਤੇ ਆਪਾਂ ਚੱਲਣਾ ਵੇਖਦੇ ਹਾਂ ਆਪਾਂ ਨੂੰ ਕੀ ਕਰਦੇ ਆ। ਠੀਕ ਹੈ ਕਿ ਨਹੀਂ, ਇਹ ਚਲਾਕ ਮੰਨਦੇ ਆਪਦੇ ਆਪ ਨੂੰ, ਪਰ ਆਪਾਂ ਵੀ ਵੇਖਣਾ। ਮੈਨੂੰ ਫੋਨ 'ਤੇ ਮਿਹਣੇ ਮਾਰਦੇ ਰਹਿੰਦੇ, ਤੂੰ ਆਉਂਦਾ ਨਹੀਂ। ਅੱਜ ਆਪਾਂ ਚੱਲੇ ਹਾਂ ਅਤੇ ਬਸ ਛਾਪਾ ਹੀ ਮਾਰਨਾ ਕੀ ਕਰਦੇ ਆ। ਠੀਕ ਹੈ ਨਾ, ਅਤੇ ਚਲੋ ਚੱਲਦੇ ਹਾਂ ਗਾਉਂਦੇ ਆ ਤੁਹਾਨੂੰ ਲੱਖਾ ਅਤੇ ਗੋਪੀ। ਲੈ ਬਈ ਆਪਾਂ ਚੱਲਦੇ ਹੁਣ ਚੋਰੀ ਚੋਰੀ, ਲੱਖਾ ਬਾਈ ਅਤੇ ਗੋਪੀ ਆਹ ਖੜ੍ਹੇ ਆ ਬਾਈਕ ਦੋਵੇਂ, ਅਤੇ ਉਹ ਲੱਗਦਾ ਹੱਲਾ ਹਾਂ ਤਾਂ ਸਾਲੇ ਨਵੇਂ ਪਟਾਕੇ ਪਾਈ ਆਉਂਦੇ ਲੱਗਦਾ। ਮਹਾਰਾਜ ਜੀ ਬਾਈ ਸਤਿ ਸ਼੍ਰੀ ਅਕਾਲ, ਫੜ ਲਈ ਚੋਰੀ। ਮੈਂ ਕਿਹਾ ਮਿਹਣੇ ਮਾਰਦੇ ਆਉਂਦੇ ਨਹੀਂ, ਅੱਜ ਇਹਨਾਂ ਦੀ ਚੋਰੀ ਫੜਨੀ ਕੀ ਕਰਦੇ ਆ। ਉਹਦੇ ਤਾਂ ਟਰੈਕਟਰ ਬਣਾਉਂਦੇ ਸੀ ਵੇਲੇ, ਤੇ ਅੱਜ ਵੇਖੋ ਕਿਵੇਂ ਹਾਇਓ ਰੱਬਾ। ਭੁੱਖ ਲੱਗੀ ਸੀ ਭਰਾਵਾ, ਮੈਂ ਕਿਹਾ ਚੱਲ ਅੱਗੇ ਕੁਲਚੇ ਖਾ ਲਈਏ। ਨਹੀਂ, ਵਧੀਆ ਕੀਤਾ। ਮੈਂ ਕਿਹਾ ਮੈਨੂੰ ਫੋਨ ਕਰਕੇ ਦੂਜੇ ਤੀਜੇ ਤਰ੍ਹਾਂ ਗਾਲਾਂ ਕੱਢਦਾ, ਤੂੰ ਆਉਂਦਾ ਨਹੀਂ। ਮੈਂ ਕਿਹਾ ਅੱਜ ਵੀ ਲੱਗਾ ਹੀ, ਪਹਿਲਾਂ ਮੈਂ ਫੋਨ ਲਾਉਣ, ਫਿਰ ਮੈਂ ਠਹਿਰ ਕੇ ਲਾਉਂਦੇ ਹਾਂ। ਤੇ ਆਹ ਬਾਈ ਭੋਲਾ ਤੇ ਲੱਖਾ ਬਾਈ, ਤੇ ਆਹ ਵੇਖੋ ਮੈਨੂੰ ਫੋਨ ਤੇ ਪਤਾ ਕਿੰਨੇ ਠਿੱਠ ਕਰਦੇ ਆਉਂਦਾ ਨਹੀਂ, ਤੇ ਅੱਜ ਵੇਖ ਫੜ ਲਈ ਚੋਰੀ ਆਪਾਂ ਇਹਨਾਂ ਦੀ। ਚਲੋ ਬਾਕੀ ਹੈ ਬਾਈ, ਸ਼ੁਕਰ ਆ ਦਾਤੇ ਦਾ, ਬਹੁਤ ਕਿਰਪਾ ਬਾਈ ਗੁਰੂ ਦੀ। ਅਤੇ ਚਲੋ ਕੋਈ ਨਹੀਂ, ਖਾ ਲਓ, ਆਪਾਂ ਫਿਰ ਗਾਹ ਗੱਲ ਕਰਦੇ ਹਾਂ ਬਾਈ ਤੋਂ, ਫਿਰ ਖਾਣਾ ਖਾ ਲੈਂਦੇ ਹੋ, ਫਿਰ ਗੱਲ ਕਰਾਂਗੇ ਬਾਈ ਨਾਲ। ਫਿਰ ਮੈਂ ਕਿਹਾ ਯਾਰ ਅੱਧਾ ਘੰਟਾ ਹੋਰ ਰੁਕ ਜਾ, ਫੇਰ ਹੀ ਲਾਉਂਦੇ। ਮੈਂ ਕਿਹਾ ਮੁੜ ਕੇ ਮੈਨੂੰ ਵੀ ਪਤਾ ਯਾਰ ਛਾਪਾ ਮਾਰ ਲੈਣਾ ਯਾਰ, ਛਾਪਾ ਨੀ। ਮੈਂ ਕਿਹਾ ਯਾਰ ਬਾਈ ਨੂੰ ਮੈਂ ਬਹੁਤ ਕਰਦੇ ਆ, ਜਿੱਦਾਂ ਕੁੱਤੇ ਖਣੀ ਕਰਾ ਕੇ ਜਾਣਾ, ਤੈਨੂੰ ਤੇ ਆ ਵੀ ਅੱਜ ਐਤਵਾਰ ਹੈਗਾ, ਮੈਂ ਰੋਟੀ ਖਾਧੀ, ਮੈਂ ਕੁਛ ਨੀ ਬੋਲਿਆ, ਮੈਂ ਕਿਹਾ ਚੱਲ ਲਾ ਮੈਂ ਛਾਪਾ ਮਾਰਦਾ। ਮੈਂ ਤਾਂਹੀਓ ਕੈਮਰਾ ਉੱਥੇ ਆਉਣ ਕਰ ਲਿਆ, ਮੈਂ ਕਿਹਾ ਮੈਂ ਪੁੱਛਦਾ ਲੱਖਾ ਬਾਈ ਹੁਣ ਫੇਰ ਨਵਾਂ ਟਰੈਕਟਰ, ਮੈਂ ਤਾਂ ਛਾਪਾ ਹੋਰ ਮਾਰਨਾ ਇਹ ਤਾਂ ਕੀ ਕਰਦੇ ਆ। ਮੈਂ ਕਿਹਾ ਕਲੇ ਕੁਲਚਿਆਂ ਦੀ ਸਾਰ ਗਿਆ, ਪਰ ਨਹੀਂ ਲੱਖਾ ਬਾਈ ਤੁਹਾਡੇ ਸਾਹਮਣੇ ਦੱਸਦਾ ਪਿਆ ਵੀ ਟਰੈਕਟਰ ਬਾਈ ਨੇ ਤਿਆਰ ਕੀਤਾ, ਤੇ ਚਲੋ ਆਪਾਂ ਅੱਗੇ ਵੱਧਦੇ ਆਪਾਂ ਟਰੈਕਟਰਾਂ ਨੂੰ, ਤੇ ਟਰੈਕਟਰ ਉਖਾਉਂਦੇ ਆ ਬਾਈ ਨੇ ਕਿ ਕੀ ਚੀਜ਼ ਤਿਆਰ ਕੀਤੀ ਆ। ਤੇ ਬਾਕੀ ਡਿਸੀਜਨ ਤੁਹਾਡੇ ਹੱਥ 'ਚ ਹੈ, ਕਿਵੇਂ ਆ, ਕੀ ਗੱਲਬਾਤ ਆ, ਤੇ ਕਮੈਂਟ ਕਰਕੇ ਮੇਰਾ ਬਾਈ ਜ਼ਰੂਰ ਦੱਸਿਆ ਕਰੋ ਵੀ ਆਪਾਂ ਕਰਦਿਆ ਕਰੋ, ਸਾਡੀ ਕੀ ਪਸੰਦ ਲੱਗੇ ਤੇ ਸ਼ੇਅਰ ਕਰਿਆ ਕਰੋ। ਹਾਂ, ਤੇ ਚੈਨਲ ਵੀ ਸਬਸਕ੍ਰਾਈਬ ਕਰਿਆ ਕਰੋ। ਤੇ ਇੱਕ ਇਹ ਬਾਈ ਮੈਂ ਇੱਕ ਹੋਰ ਤੁਹਾਨੂੰ ਦੱਸਦਾ, ਲੱਖਾ ਬਾਈ ਤੇ ਗੋਪੀ ਬਾਈ ਇਹ ਦੋਨੋਂ ਇਕੱਠੇ ਆ, ਦੋਵੇਂ ਬ੍ਰਦਰ ਆ। ਤੇ ਇਹ ਗੋਪੀ ਬਾਈ ਜਿਹੜਾ ਖਰਾਦ ਦਾ ਕੰਮ ਕਰਦਾ, ਤੇ ਲੱਖਾ ਬਾਈ ਟਰੈਕਟਰਾਂ ਟਰੂਟਰਾਂ ਦਾ ਕਰਦਾ, ਨਾਲ ਛੱਤਰੀਆਂ ਦਾ ਵੀ ਕਰਦਾ। ਤੇ ਮੇਰਾ ਬਾਈ ਜਿਨ੍ਹਾਂ ਨੇ ਕੋਈ ਇਹਨਾਂ ਦੇ ਰਿਕਾਰਡਿੰਗ ਕੋਈ ਕੰਮ ਕਰਾਉਣਾ ਹੋਵੇ, ਤੇ ਇਹ ਤਲਵੰਡੀ ਭਾਈ ਡਿਸਟ੍ਰਿਕਟ ਫਿਰੋਜ਼ਪੁਰ ਵਿੱਚ ਆ ਬਾਈ ਹੁਣੇ ਤੋਂ ਹੀ। ਤੇ ਇਹ ਰੇਲ ਦੇ ਫਾਟਕ ਆ ਨਾ ਜਿਹੜੇ ਆਪਣੇ ਸ਼ਹਿਰ 'ਚ, ਉਹਦੇ ਪੁਰਾਣਾ ਬੱਸ ਅੱਡਾ, ਉੱਥੇ ਨਾਲ ਹੀ ਆ ਲੱਖਾ ਬਾਈ ਅਤੇ ਗੋਪੀ। ਆ ਕਿਹੜੀ ਕਿਹੜੀ ਬਾਈ ਦੀ ਆ, ਗੋਪੀ ਗੋਪੀ ਨੂੰ, ਹਾਂ ਗੋਪੀ ਕਲਸੀ ਨੂੰ ਮੈਂ ਨਾਲ।
ਲੱਖੇ ਬਾਈ ਦਾ ਤੇ ਗੋਪੀ ਦਾ, ਇਹਨਾਂ ਦਾ ਕੰਟੈਕਟ ਨੰਬਰ ਮੈਂ ਡਿਸਕ੍ਰਿਪਸ਼ਨ ਵਿੱਚ ਪਾ ਦੂੰਗਾ ਤੇ ਐਡਰੈਸ ਵੀ ਪਾ ਦੂੰਗਾ ਨੋ ਪ੍ਰੋਬਲਮ। ਤੇ ਫਿਰ ਚਲੋ ਦਰਸ਼ਕੋ ਆਪਾਂ ਵੇਖਦੇ ਹਾਂ ਕਿ ਵੀ ਟਰੈਕਟਰ ਬਾਈ ਉਹਨਾਂ ਨੇ ਕੀ ਸਾਫ ਕੱਢਿਆ। ਚਲੋ ਚੱਲਦੇ ਹਾਂ। ਲੈ ਬਾਈ ਮਿੱਤਰੋ, ਲੱਖੇ ਬਾਈ ਦਾ ਟਰੈਕਟਰ ਆ ਲਓ, ਆਹ ਸਾਫ ਕੱਢਿਆ ਐਤਕੀ ਲੱਖੇ ਬਾਈ ਨੇ ਨਵਾਂ। ਲੈ ਬਈ ਲੱਖੇ ਬਾਈ। ਹਾਂਜੀ ਬਾਈ। ਬਾਈ ਇਹ ਫਿਰ ਇਹ ਸੱਪ ਜਿਹੜਾ ਕੱਢਤਾ ਐਤਕੀ, ਇਹ ਫਿਰ ਸੱਪ ਕਿੱਥੇ ਸਪਲਾਈ ਹੋ ਰਿਹਾ? ਇਹ ਜਾਣਾ ਜੀ ਬ੍ਰੈਂਪਟਨ ਟੋਰਾਂਟੋ। ਆ ਲਓ, ਠੀਕ ਆ, ਬ੍ਰੈਂਪਟਨ ਟੋਰਾਂਟੋ। ਲੈ ਬਈ ਮਿੱਤਰੋ, ਹੁਣ ਲੱਖੇ ਬਾਈ ਦੇ ਟਰੈਕਟਰ ਜਾ ਰਿਹਾ ਬ੍ਰੈਂਪਟਨ ਟੋਰਾਂਟੋ। ਅਤੇ ਮਿੱਤਰੋ ਛੇਤੀ ਛੇਤੀ ਆ ਜਾਓ, ਇਹ ਨਾ ਟਰੈਕਟਰ ਵੇਖ ਕੇ ਏਜੰਸੀ ਵਾਲੇ ਲੱਖੇ ਬਾਈ ਨੂੰ ਲੈ ਜਾਣ, ਅਤੇ ਮੇਰਾ ਬਾਈ ਉਦੋਂ ਪਹਿਲਾਂ ਇਹ ਲੱਖੇ ਬਾਈ ਦੇ ਜਾਣ ਤੋਂ ਪਹਿਲਾਂ ਪਹਿਲਾਂ ਆਪਦਾ ਬਾਈ ਟਰੈਕਟਰ ਜਿਹਨੇ ਬਣਾਉਣਾ ਇੰਡੀਆ 'ਚ ਬਣਾ ਲਓ, ਲੱਖਾਂ ਕਲਸੀ। ਹੋਰ ਲੱਖੇ ਬਾਈ ਕੋਈ ਗੱਲਬਾਤ ਸੁਣਾਓ। ਬਸ ਜੀ ਵਧੀਆ, ਬਸ ਅੰਕਲ ਆਏ ਸੀਗੇ ਕਹਿੰਦੇ ਟਰੈਕਟਰ ਬਣਾ ਕੇ ਦੇ ਸਪੈਸ਼ਲ। ਹਾਂਜੀ। ਅਤੇ ਮੈਂ ਇਹ ਬਣਾ ਦਾਂਗੇ, ਕੋਈ ਚੱਕਰ ਨਹੀਂ। ਠੀਕ ਆ ਜੀ। ਅਤੇ ਆਹ ਚੀਜ਼ ਐਤਕੀ ਨਵੀਂ ਕੀਤੀ ਆ, ਅੱਗੇ ਪਲਾਸਟਿਕ ਦੇ ਹੁੰਦੇ ਆ ਟਾਇਰ, ਐਤਕੀ ਲੋਹੇ ਦੇ ਪਾਤੇ ਆ, ਵੀ ਟੁੱਟਣ ਨਾ ਕੋਈ ਕੰਪਲੇਂਟ ਨਾ ਆਵੇ। ਹਾਂ ਨਹੀਂ ਨਹੀਂ ਵਧੀਆ 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 'ਚ ਕਰਤਾ ਕੰਮ। ਕੋਈ ਜਦੋਂ ਕੋਈ ਪੈਸੇ ਭਰਦਾ ਵਾ ਉਦੋਂ ਚੀਜ਼ ਵਧੀਆ ਕਰਕੇ ਦੇਈਦੀ ਆ, ਜਿਹੜਾ ਕਹਿ ਦਿੰਦਾ ਵੀ 1000 ਘਟਾਲਾ 2000 ਘਟਾਲਾ, ਰੌਲਾ ਪਾਉਣਾ ਲੱਖਾਂ ਬਾਈ ਹੁਣ ਇੱਥੇ ਆ। ਰੱਬ ਦੇ ਰੰਗਾਂ ਦਾ ਨਹੀਂ ਪਤਾ, ਕਿਤੇ ਕੰਪਨੀ ਵਾਲਾ ਨੂੰ ਪਸੰਦ ਆ ਜੇ ਚੀਜ਼ ਕਹੇ ਲੱਖੇ ਨੂੰ ਚੱਕੋ ਏ, ਆਹ ਬੰਦਾ ਕਿੱਥੇ ਆ। ਅਤੇ ਫਿਰ ਮੈਂ ਤਾਂ ਬਾਈ ਦੱਸ ਹੀ ਦੇਣਾ ਜੀ ਮੇਰੇ ਕੋਲ ਆ ਗਿਆ ਤਾਂ ਮੈਸੇਜ, ਅਤੇ ਉਦੋਂ ਪਹਿਲਾਂ ਪਹਿਲਾਂ ਮੇਰਾ ਬਾਈ ਇਹ ਚੀਜ਼ ਕਰ ਲਓ ਜਿਹਨੂੰ ਪਸੰਦ ਆ, ਅਤੇ ਮੇਰਾ ਬਾਈ ਲੱਖੇ ਬਾਈ ਨਾਲ ਕੰਟੈਕਟ ਕਰ ਲਓ। ਲੱਖੇ ਬਾਈ ਇੱਕ ਨਾ ਆਪਦਾ ਨੰਬਰ ਦੇ ਦਿਓ ਤੁਸੀਂ ਬੋਲ ਕੇ, ਆਪਣੇ 98-557-75-932। ਇੱਕ ਵਾਰੀ ਫਿਰ ਬੋਲ ਦਿਓ, 98-557-75-932। ਆਹ ਲੱਖੇ ਬਾਈ ਦਾ ਨੰਬਰ ਆ, ਅਤੇ ਮੇਰਾ ਬਾਈ ਕੰਟੈਕਟ ਕਰ ਲਓ। ਹੁਣ ਟਰੈਕਟਰ ਤੁਸੀਂ ਵੇਖ ਹੀ ਲਿਆ, ਠੀਕ ਹੈ ਜੀ, ਮਿਲਦੇ ਹਾਂ ਫਿਰ ਅੱਗੇ ਦੂਸਰੀ ਵੀਡੀਓ 'ਚ। ਨੰਬਰ ਬਾਈ ਲੱਖੇ ਦਾ ਬਾਕੀ ਮੈਂ ਮੈਂਸ਼ਨ ਕਰ ਦੂੰਗਾ, ਅਤੇ ਮੇਰਾ ਬਾਈ ਜੇ ਕਿਸੇ ਨੂੰ ਲੋੜ ਹੋਵੇ ਤਾਂ ਮੇਰਾ ਬਾਈ ਜ਼ਰੂਰ ਮਿਲ ਲਿਓ। ਧੰਨਵਾਦ ਜੀ।